ਰਾਤ ਨੂੰ ਕਰੀਬ ਅਸੀਂ 10:30-11 ਵਜੇ ਅਸੀਂ ਵਾਪਸ ਆਏ ਹਾਂ। ਔਰ ਜਦੋਂ ਅਸੀਂ ਵਾਪਸ ਆਏ ਹਾਂ, ਮੈਂ ਆਪਣੀ ਕਾਰ ਗੇਟ ਖੋਲ੍ਹ ਕੇ ਜਦੋਂ ਅੰਦਰ ਪਾਰਕ ਕੀਤੀ ਹੈ, ਮੈਂ ਆਪਣੇ ਲੌਕ ਖੋਲ੍ਹ ਕੇ ਜਦੋਂ ਦੇਖਿਆ ਤਾਂ ਮੇਰੇ ਬੈਕ ਸਾਈਡ ਮੇਰਾ ਬੈਡਰੂਮ ਆ, ਔਰ ਮੈਂ ਬੈਡਰੂਮ ਦੀ ਲਾਈਟ ਔਨ ਦੇਖੀ। ਮੇਰੇ ਫਾਦਰ ਔਰ ਮਦਰ ਦੋਨੇ ਹੀ ਬਜ਼ੁਰਗ ਅਵਸਥਾ ਦੇ ਵਿੱਚ, ਅਤੇ ਫਾਦਰ ਸਾਹਿਬ ਪਿਛਲੇ ਦਿਨਾਂ ਵਿੱਚ ਉਹਨਾਂ ਨੂੰ ਸਟ੍ਰੋਕ ਵੀ ਆਇਆ, ਇਸ ਕਰਕੇ ਉਹਨਾਂ ਨੂੰ ਜ਼ਿਆਦਾ ਕੁਛ ਨਾ ਬੋਦਰ ਕਰਦੇ ਹੋਏ ਮੈਂ 5-7 ਮਿੰਟ ਲੈ ਕੇ ਮੈਂ ਥੋੜ੍ਹਾ ਘਰ ਦਾ ਮੁਆਇਨਾ ਕੀਤਾ। ਅਤੇ ਜਦੋਂ ਮੈਂ ਦੇਖਿਆ ਤਾਂ ਮਤਲਬ ਮੇਰੇ ਅਲਮੀਰਾ ਦੇ ਲੌਕਰ, ਮੇਰੇ ਫਾਦਰ ਸਾਹਿਬ ਦੀ ਅਲਮੀਰਾ ਦੇ ਲੌਕਰ, ਮੇਰੇ ਮੰਮਾ ਦੀ ਅਲਮੀਰਾ ਦੇ ਲੌਕਰ ਜਿਹੜੇ ਸੀਗੇ, ਉਹ ਮਤਲਬ ਟੋਟਲ ਬ੍ਰੇਕੇਜ ਸੀਗੀ, ਥੋੜ੍ਹੀ ਉਥਲ ਪੁਥਲ ਵੀ ਸੀਗੀ, ਸਮਾਨ ਕਾਫੀ ਇੱਧਰ ਉੱਧਰ ਸੀਗਾ। ਔਰ ਜਦੋਂ ਮੈਂ ਥੋੜ੍ਹਾ ਹੋਰ ਇਹਨੂੰ ਜਾਂਚ ਕੀਤੀ, ਫਿਰ ਮੈਂ ਇਹ ਦੇਖਿਆ ਕਿ ਮੇਰੇ ਫਾਦਰ ਸਾਹਿਬ ਦਾ ਜਿਹੜਾ ਰੂਮ, ਸਾਡੀ ਬੈਕਯਾਰਡ ਆ ਬੈਕ ਸਾਈਡ 'ਤੇ, ਔਰ ਉਸ ਵਾਸ਼ਿੰਗ ਏਰੀਆ ਦਾ ਜਿਹੜਾ ਨਾਲ ਹੀ ਮੇਰੇ ਫਾਦਰ ਸਾਹਿਬ ਦੇ ਰੂਮ ਦੇ ਆ, ਉੱਥੋਂ ਉਹਨਾਂ ਨੇ ਗ੍ਰਿਲ ਨੂੰ ਤੋੜ ਕੇ ਅਤੇ ਉਹ ਫਾਦਰ ਸਾਹਿਬ ਦੇ ਰੂਮ 'ਚ ਐਂਟਰ ਕੀਤੇ, ਔਰ ਉੱਥੋਂ ਦੀ ਉਹਨਾਂ ਨੇ ਮਤਲਬ ਆਪਣੀ ਇਸ ਸਾਰੀ ਪੂਰੀ ਘਟਨਾ ਨੂੰ ਅੰਜਾਮ ਦਿੱਤਾ। ਅਤੇ ਇਸ ਸਾਰੇ ਦੌਰਾਨ ਦੇ ਵਿੱਚ ਕਾਫੀ ਨੁਕਸਾਨ ਵੀ ਸਾਡਾ ਹੋਇਆ, ਕਾਫੀ ਜੋ ਸਮਾਨ ਸੀਗਾ, ਕਾਫੀ ਕੁਛ ਜੋ ਸੀਗਾ ਇਹ ਮਤਲਬ ਜੋ ਉਹ ਲੈ ਕੇ ਫਿਰ ਚਲੇ ਗਏ ਆ। ਘਰ ਕੋਈ ਨਹੀਂ ਸੀ ਉਸ ਸਮੇਂ, ਘਰ ਦੇ ਵਿੱਚ ਕੋਈ ਨਹੀਂ ਸੀਗਾ ਉਸ ਸਮੇਂ। ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ? ਨੁਕਸਾਨ ਕਾਫੀ ਸੀਗਾ, ਜਿਹਦੇ ਇਸ ਵਿੱਚ ਸਾਡੇ ਕੁਛ ਗੋਲਡ ਜਵੈਲਰੀ, ਜਿਹੜੀ ਮੇਰੀ ਕੁਛ ਪੁਸ਼ਤੈਨੀ ਔਰ ਕੁਛ ਜਿਹੜੀ ਮੇਰੀ ਸ਼ਾਦੀ ਦੀ ਸੀਗੀ, ਉਹ ਜਿਹੜੀ ਸੀਗੀ ਉਹ ਮਤਲਬ ਸੀਗੀ। ਕੁਛ ਮੇਰੇ ਬੇਟੇ ਦੇ ਯੂਟੈਂਸਲ ਸੀਗੇ ਸਿਲਵਰ ਦੇ, ਉਹ ਸੀਗਾ। ਕੁਛ ਮੇਰੇ ਵਾਚ ਸੀਗੇ ਜੋ ਮਤਲਬ ਲਿਮਿਟਡ ਐਡੀਸ਼ਨ ਜਿਹਨੂੰ ਅਸੀਂ ਕਹਿ ਸਕਦੇ ਹਾਂ ਥੋੜ੍ਹਾ, ਉਹ ਸੀਗੇ। ਮੇਰੇ ਫਾਦਰ ਸਾਹਿਬ ਦਾ ਕੁਛ ਸਮਾਨ ਸੀਗਾ, ਕੁਛ ਮੰਮਾ ਦੀ ਅਲਮੀਰਾ ਦੇ ਵਿੱਚੋਂ, ਔਰ ਕਾਫੀ ਕੁਛ ਮਤਲਬ ਅਸੀਂ ਜਦੋਂ ਦੇਖਿਆ ਤਾਂ ਉਹ ਮਿਸਿੰਗ ਸੀਗਾ ਸਾਡਾ। ਜਦੋਂ ਮੈਂ ਰਾਤ ਇਹ ਚੀਜ਼ ਨੂੰ ਦੇਖਿਆ ਤਾਂ ਉਸ ਕੁਛ ਸਮੇਂ ਬਾਅਦ ਹੀ ਮੈਂ ਆਲਮੋਸਟ 15-20 ਮਿੰਟ ਜਾਂ ਹਾਫ ਐਨ ਆਵਰ ਦੇ ਵਿੱਚ ਵਿੱਚ ਹੀ ਮੈਂ ਕੰਟਰੋਲ ਰੂਮ ਗੁਰਦਾਸਪੁਰ ਨੂੰ ਫੋਨ ਕੀਤਾ, ਔਰ ਉਸੇ ਟਾਈਮ ਹੀ ਪੁਲਿਸ ਟੀਮ ਆਈ ਵੀ ਆ ਥੋੜ੍ਹੇ ਸਮੇਂ ਦੇ ਵਿੱਚ ਵਿੱਚ ਹੀ। ਸ਼੍ਰੀ ਕਰਨੈਲ ਸਿੰਘ ਜੀ ਜਿਹੜੇ ਉਸ ਟਾਈਮ ਡਿਊਟੀ ਆਫਿਸਰ ਸੀਗੇ ਆਏ, ਉਹਨਾਂ ਨੇ ਬੜੇ ਆਰਾਮ ਦੇ ਨਾਲ ਉਹਨਾਂ ਨੇ ਸਾਰਾ ਮੌਕਾ ਨੂੰ ਦੇਖਿਆ ਔਰ ਫੋਟੋਗ੍ਰਾਫਸ ਲਿੱਤੀਆਂ ਉਹਨਾਂ ਨੇ ਦੇਖਿਆ ਸਾਰਾ, ਔਰ ਉਹਨਾਂ ਨੇ ਆਪਣਾ ਦੁੱਖ ਵੀ ਪ੍ਰਗਟ ਕੀਤਾ, ਕਿਉਂਕਿ ਉਹਨਾਂ ਨੂੰ ਵੀ ਦੇਖ ਕੇ ਦੁੱਖ ਲੱਗਾ ਕਿ ਇੱਕ ਇੰਪਲੋਏ ਦੇ ਨਾਲ, ਇੱਕ ਗਵਰਨਮੈਂਟ ਸਰਵੈਂਟ ਦੇ ਨਾਲ, ਇੱਕ ਮੁਲਾਜ਼ਮ ਦੇ ਨਾਲ ਇਸ ਤਰ੍ਹਾਂ ਦੀ ਜਿਹੜੀ ਘਟਨਾ ਉਹ ਵਾਪਰ ਰਹੀ ਉਹਨਾਂ ਦੇ ਘਰ ਦੇ ਵਿੱਚ। ਅਤੇ ਉਹਨਾਂ ਨੇ ਦੇਖਿਆ ਸਾਰਾ ਔਰ ਉਹਨਾਂ ਨੇ ਫਰਦਰ ਐਕਸ਼ਨ ਲਈ ਫਿਰ ਜੋ ਵੀ ਸੀਗਾ ਉਹਨਾਂ ਨੇ ਅੱਗੇ ਉਹ ਪ੍ਰੋਸੀਡਿੰਗ ਨੂੰ ਮੂਵ ਕਰ ਦਿੱਤਾ ਸੀਗਾ। ਹਾਂਜੀ, ਅਸੀਂ ਫਿਰ ਅੱਜ ਅਸੀਂ ਫਿਰ ਮਾਰਨਿੰਗ ਦੇ ਵਿੱਚ ਫਿਰ ਉੱਠ ਕੇ ਮੈਂ ਆਪਣੇ ਆਸ ਪੜੋਸ ਦੇ ਵਿੱਚ, ਮੇਰੇ ਆਸ ਪੜੋਸ ਦੇ ਵਿੱਚ ਸਾਰੇ ਜ਼ਿਆਦਾਤਰ ਪੁਲਿਸ ਮੁਲਾਜ਼ਮ ਹੀ ਨੇ ਔਰ ਇੰਪਲੋਇਜ਼ ਆ ਸਾਰੇ, ਲਗਭਗ ਸਾਰੇ ਸਾਡੇ ਪੜੋਸ ਦੇ ਵਿੱਚ, ਅਸੀਂ ਸਾਰਿਆਂ ਨੇ ਫਿਰ ਜਦੋਂ ਵਿਚਾਰ ਵਿਮਰਸ਼ ਕੀਤਾ, ਮੈਂ ਸਾਰਿਆਂ ਨੂੰ ਦੱਸਿਆ ਕਿ ਇਸ ਤਰ੍ਹਾਂ ਪਿਛਲੀ ਰਾਤ ਘਟਨਾ ਵਾਪਰ ਗਈ ਆ, ਅਸੀਂ ਸੀਸੀਟੀਵੀ ਫੁਟੇਜਿਸ ਨੂੰ ਥੋੜ੍ਹਾ ਦੇਖਣਾ ਸ਼ੁਰੂ ਕੀਤਾ। ਉਹਦੇ ਵਿੱਚ ਸਾਨੂੰ 2-4 ਕੁਛ ਸ਼ੱਕੀ ਬੰਦੇ ਅਣਪਛਾਤੇ ਜਿਹੜੇ ਹੈਗੇ ਆ ਉਹ ਦਿਖੇ ਆ, ਜਿਨ੍ਹਾਂ ਦੇ ਮਗਰ ਬੈਗ ਆ, ਔਰ ਮੇਰਾ ਨਾਲ ਵਾਲਾ ਪਲਾਟ ਜਿਹੜਾ ਆ ਉਹਦੇ ਵਿੱਚ ਉਹ ਦਾਖਿਲ ਹੁੰਦੇ ਆ, ਔਰ ਮੇਰੇ ਘਰ ਦੀ ਜਿਹੜੀ ਬੈਕ ਸਾਈਡ ਆ, ਜਿਵੇਂ ਮੈਂ ਪਹਿਲੇ ਦੱਸਿਆ ਕਿ ਬੈਕਯਾਰਡ ਵਾਲਾ ਏਰੀਆ ਆ, ਔਰ ਜਿਹੜੀ ਮੇਰੀ ਦੀਵਾਰ ਆ ਨਾਲ ਦੇ ਪਲਾਟ ਦੇ ਨਾਲ, ਉਹਦੇ ਵਿੱਚ ਥੋੜ੍ਹਾ ਖੱਡਾ ਕਰਕੇ ਉੱਥੋਂ ਇੱਟਾਂ ਕੱਢ ਕੇ ਉਹ ਐਂਟਰ ਕੀਤੇ, ਸ਼ਾਇਦ ਇਸ ਤਰੀਕੇ ਨਾਲ ਉਹਨਾਂ ਨੇ ਕੁਛ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਹੋਏਗੀ। ਫਿਰ ਉਹ ਕਾਫੀ ਸਮਾਂ ਸਾਡੀ ਇਸ ਗਲੀ ਦੇ ਵਿੱਚ ਜਿਹੜੇ ਆ ਉਹ ਘੁੰਮਦੇ ਰਹੇ ਆ ਔਰ ਇਸ ਚੀਜ਼ ਨੂੰ ਦੇਖਦੇ ਰਹੇ ਆ, ਫਿਰ ਉਹਨਾਂ ਨੇ ਇਸ ਵਾਰਦਾਤ ਨੂੰ ਜਿਹੜਾ ਉਹ ਅੰਜਾਮ ਦਿੱਤਾ ਆ। ਟੋਟਲ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ? ਐਸ ਸੱਚ ਤੇ ਮੈਂ ਜੇ ਕਹੂੰਗਾ ਤੇ
ਅਮਾਊਂਟ ਤੇ ਨਹੀਂ ਕੈਲਕੂਲੇਟ ਕੀਤਾ, ਲੇਕਿਨ ਹਾਂ ਕਾਫੀ ਸੀਗਾ ਕਿ ਗੋਲਡ ਸੀਗਾ, ਸਿਲਵਰ ਸੀਗਾ, ਥੋੜਾ ਕੈਸ਼ ਸੀਗਾ, ਔਰ ਪੈਸੇ ਵੀ ਸੀਗੇ, ਥੋੜਾ ਕੈਸ਼ ਵੀ ਸੀਗਾ, ਕਿਉਂਕਿ ਮੇਰੇ ਫਾਦਰ ਸਾਹਿਬ ਬਜ਼ੁਰਗ ਆ, ਮਾਤਾ ਜੀ ਵੀ, ਤੇ ਤੁਹਾਨੂੰ ਪਤਾ ਹੈ ਕਿ ਬਜ਼ੁਰਗਾਂ ਦੀ ਸੇਵਾ ਲਈ ਥੋੜਾ ਬਹੁਤਾ ਤੇ ਆਪਾਂ ਘਰੇ ਰੱਖਿਆ ਹੀ ਹੁੰਦਾ ਹੈ। ਪੁਲਿਸ ਨੇ ਕੀ ਵਿਸ਼ਵਾਸ ਲਿਆ? ਪੁਲਿਸ ਨੇ ਆਸ਼ਵਾਸਨ ਤੇ ਦਿੱਤਾ ਹੈ ਕਿ ਹਾਂ ਵੀ ਅਸੀਂ ਆਪਣੀ ਕਾਰਵਾਈ ਕਰਾਂਗੇ, ਤੋ ਜਲਦੀ ਇਸ ਚੀਜ਼ ਨੂੰ ਕਿਸੇ ਪਾਸੇ ਆਪਾਂ ਲੈ ਕੇ ਜਾਵਾਂਗੇ।